ਬੀਤੇ ਦਿਨੀ ਹਰਿਆਣਾ ਦੇ ਰੋਹਤਕ ਦੀ ਇੱਕ ਸਿੱਖ ਲੜਕੀ ਦੇ ਪਾਕਿਸਤਾਨ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਹੁਣ ਇਸ ਵਿੱਚ ਨਵਾਂ ਮੋੜ ਆ ਗਿਆ। 3 ਦਿਨਾਂ ਤੋਂ ਲਾਪਤਾ ਉਹ ਕੁੜੀ ਮਿਲ ਗਈ ਤੇ ਸਾਰਾ ਮਾਮਲਾ ਲਵ ਕਨੈਕਸ਼ਨ ਦਾ ਦੱਸਿਆ ਜਾ ਰਿਹਾ। ਦਰਅਸਲ ਇਸ ਕੁੜੀ ਦੀ ਪਾਕਿਸਤਾਨੀ ਮੁੰਡੇ ਨਾਲ ਫੇਸਬੁੱਕ ਜ਼ਰੀਏ ਦੋਸਤੀ ਹੋਈ ਸੀ ਤੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਵੀਜ਼ਾ ਲੈ ਕੇ ਉਸਨੂੰ ਉੱਥੇ ਮਿਲਣ ਗਈ ਸੀ। ਮੁਲਾਕਾਤ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਫੜ ਲਿਆ ਤੇ ਵਾਪਸ ਭੇਜ ਦਿੱਤਾ। ਇਸ ਸਿਲਸਿਲੇ ਵਿੱਚ ਪਾਕਿਸਤਾਨ ਪੁਲਿਸ ਨੇ ਲਾਹੌਰ ਤੇ ਫੈਸਲਾਬਾਦ ਤੋਂ 4 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਲੜਕੀ ਵਾਪਸ ਆ ਗਈ ਹੈ। ਜੋ ਇਹ ਕੱਲ੍ਹ ਦੀ ਖਬਰ ਚੱਲ ਰਹੀ ਹੈ ਕਿ ਇੱਕ ਸਿੱਖ ਬੱਚੀ 3 ਦਿਨ ਤੋਂ ਪਾਕਿਸਤਾਨ 'ਚ ਲਾਪਤਾ ਹੈ ਔਰ 3 ਦਿਨ ਬਾਅਦ ਉਹ ਲੱਭੀ ਹੈ, ਬਿਲਕੁਲ ਨਿਰਾਧਾਰ ਆ। ਜਦਕਿ ਸੱਚਾਈ ਹੈ ਕਿ ਇੱਕ ਬੱਚੀ ਜੋ ਕਿ ਰੋਹਤਕ ਹਰਿਆਣਾ ਦੀ ਰਹਿਣ ਵਾਲੀ ਆ, ਉਹ ਇੱਕ ਪਾਕਿਸਤਾਨ ਦੇ ਮੁੰਡੇ ਨਾਲ ਟੱਚ ਅੰਦਰ ਸੀਗੀ ਥਰੂ ਸੋਸ਼ਲ ਮੀਡੀਆ, ਔਰ ਉਸਨੇ ਉਸਨੂੰ ਅਲਿਓਰ ਕੀਤਾ, ਉਸਨੂੰ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਗੁਰਦੁਆਰਾ ਸਾਹਿਬ 'ਚ ਮਿਲਣ ਵਾਸਤੇ ਬੁਲਾਇਆ। ਉਹ ਲੜਕੀ ਇੱਥੋਂ ਦਰਸ਼ਨਾਂ ਦਾ ਵੀਜ਼ਾ ਲੈ ਕੇ ਦਰਸ਼ਨਾਂ ਦੇ ਵਾਸਤੇ ਕਰਤਾਰਪੁਰ ਸਾਹਿਬ ਪਹੁੰਚੀ, ਔਰ ਉੱਥੇ ਜਦੋਂ ਉਸ ਲੜਕੇ ਦੇ ਨਾਲ ਸੀ ਤਾਂ ਉੱਥੋਂ ਦੇ ਰੇਂਜਰਸ ਨੇ ਉਸਨੂੰ ਪਕੜ ਲਿਆ ਔਰ ਤੁਰੰਤ ਲੜਕੀ ਨੂੰ ਵਾਪਸ ਭੇਜ ਦਿੱਤਾ ਗਿਆ। ਦੱਸ ਦਈਏ ਕਿ ਪਹਿਲਾਂ ਵੀ ਪਾਕਿਸਤਾਨ ਵੱਲੋਂ ਕੁੜੀਆਂ ਨੂੰ ਵਰਗਲਾ ਕੇ ਜ਼ਬਰੀ ਧਰਮ ਪਰਿਵਰਤਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਤੇ ਕਈ ਵਾਰ ਪਹਿਲਾਂ ਵੀ ਭਾਰਤ ਨੇ ਚਿੰਤਾ ਜਤਾਈ ਹੈ ਕਿ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਦਾ ਗਲਤ ਇਸਤੇਮਾਲ ਕਰ ਸਕਦਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ $3,000-5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।